ਦੋਸਤੋ ਸਤਿ ਸ਼੍ਰੀ ਅਕਾਲ ਮੈਂ ਅਮਰਜੋਤ ਸਿੰਘ ਬੋਲਿਆ ਅੱਜ ਹੈ ਜੁਲਾਈ 14 ਤਰੀਕ ਹੈ ਤੇ ਅੱਜ ਗਗਨਦੀਪ ਸਿੰਘ ਨਾਲ ਤੇ ਉਹਨਾਂ ਦੇ ਫਾਦਰ ਨਾਲ ਕੰਟੈਕਟ ਹੋਇਆ ਗੁਰਦਾਸਪੁਰ ਤੋਂ ਕਾਫੀ ਚਿਰਾਂ ਬਾਅਦ ਇਹਨਾਂ ਦਾ ਵੀਜ਼ਾ ਆਇਆ ਮੈਂ ਵੀ ਬੜੀ ਚਿਰ ਤੋਂ ਉਡੀਕ ਕਰਦਿਆ ਸੀ ਇਹਨਾਂ ਦੀ ਜਦੋਂ ਮੀਟਿੰਗ ਹੋਈ ਹੈ ਮੇਰੇ ਖਿਆਲ 3 ਸਾਲ ਤੇ ਹੋ ਗਿਆ ਹੈ ਕਿ ਨਹੀਂ ਗਗਨਦੀਪ 3 ਸਾਲ ਹੋ ਗਏ 3 ਸਾਲ ਹੋ ਗਏ ਤੁਸੀਂ ਤੁਹਾਡੀ ਮੈਰਿਜ ਵੀ ਮੇਰੇ ਖਿਆਲ 4 ਸਾਲ ਪੁਰਾਣੀ ਹੈ ਸ਼ਾਇਦ ਹਾਂਜੀ ਤੇ ਹੋਰ ਵੀ ਕਈ ਕਈ ਕੰਪਲੀਕੇਸ਼ਨਸ ਕਈ ਆਬਸਟੀਕਲਸ ਆਏ ਇਸ ਤਰ੍ਹਾਂ ਕਿ ਇੱਕ ਵਾਰ ਤਾਂ ਮੈਂ ਵੀ ਅਪਲਾਈ ਕੀਤਾ ਤੁਹਾਡੇ ਲਈ 2019 ਵਿੱਚ ਔਰ ਰਿਫਿਊਜ਼ ਕਰਤਾ ਉਹਨਾਂ ਨੇ ਕੋਵਿਡ ਤੋਂ ਪਹਿਲਾਂ ਕਿ ਤੁਹਾਡੇ ਕੋਲ ਫੰਡਸ ਨਹੀਂ ਆਏ ਚੇਤਾ ਤੁਹਾਨੂੰ ਹਾਂਜੀ ਹਾਂਜੀ ਸਰ ਹਾਂ ਕਿ ਫੰਡਸ ਪੂਰੇ ਨਹੀਂ ਹੈ ਇਨਕਮ ਪੂਰੀ ਨਹੀਂ ਹੈ ਵਗੈਰਾ ਵਗੈਰਾ ਉਹ ਫਿਰ ਦੁਬਾਰਾ ਇੰਪਰੂਵ ਕਰਕੇ ਉਹਨੂੰ ਫਿਰ ਦੁਬਾਰਾ ਕੀਤਾ ਫਿਰ ਕੋਵਿਡ ਆ ਗਿਆ ਕੋਵਿਡ ਕਰਕੇ ਫਿਰ 2 ਸਾਲ ਕੇਸ ਤੁਹਾਡਾ ਬਿਲਕੁਲ ਹੀ ਪਤਾ ਨਹੀਂ ਲੱਗਿਆ ਕਿ ਕਿੱਥੇ ਗਿਆ ਕੇਸ ਹੈ ਸੋ ਬਾਰ ਬਾਰ ਉਹ ਹਰਪ੍ਰੀਤ ਵੀ ਪਰੇਸ਼ਾਨ ਰਹੀ ਹੈ ਕਿ ਵੀ ਕਰੋ ਕੁਛ ਮੈਂਬਰ ਆਫ ਪਾਰਲੀਮੈਂਟ ਨੂੰ ਕਰੋ ਫਲਾਨਾ ਕਰੋ ਅਪਡੇਟ ਕਰੋ ਕਈ ਉਹਦੇ ਮਗਰ ਜਿਹੜੀ ਕੁੜੀਆਂ ਆਏ ਸੀ ਉਹਨਾਂ ਦੇ ਵੀਜ਼ਾ ਉਹਨਾਂ ਦੇ ਹਸਬੈਂਡ ਦੇ ਵੀਜ਼ਾ ਲੱਗੇ ਤੁਹਾਡਾ ਕੇਸ ਇੱਥੇ ਪੈਂਡਿੰਗ ਹੋ ਗਿਆ ਸੋ ਜੂਨ 13 ਤਰੀਕ ਨੂੰ ਤੁਹਾਡਾ ਮੈਡੀਕਲ ਆਇਆ ਸੀ ਯਾਦ ਹੈ ਹਾਂਜੀ ਹਾਂਜੀ ਸਰ ਜੂਨ 13 ਨੂੰ ਤੁਹਾਡਾ ਮੈਡੀਕਲ ਆਇਆ ਤੁਸੀਂ ਮੈਡੀਕਲ ਕਰਾਇਆ ਅਤੇ ਹੁਣ ਅੱਜ ਜੁਲਾਈ 14 ਬਿਲਕੁਲ 4 ਹਫ਼ਤੇ ਹੋ ਗਏ ਅਤੇ ਵੀਜ਼ਾ ਤੁਹਾਡਾ ਅਪਰੂਵ ਹੋ ਗਿਆ ਪਾਸਪੋਰਟ ਰਿਕੁਐਸਟ ਆ ਗਈ ਹੈ ਵੇਖਣੀ ਹੈ ਪਾਸਪੋਰਟ ਰਿਕੁਐਸਟ ਜਾਂ ਨਹੀਂ ਦੇਖਣੀ ਚਲੋ ਤੁਹਾਨੂੰ ਉਹਦਾ ਉਹਦੇ ਤੁਹਾਨੂੰ ਮੈਂ ਸੈਂਡ ਕਰ ਦੇਗਾ ਉਹਨੇ ਜੇ ਵੇਖਣੀ ਹੈ ਮੈਂ ਵੀ ਵਿਖਾ ਵੀ ਸਕਦਾ ਪਰ ਤੁਹਾਡੇ ਜਿਹੜੇ ਛੋਟੇ ਜਿਹੇ ਫੋਨ 'ਤੇ ਕਈ ਵਾਰ ਨਾ ਉਹ ਇਮੇਜ ਪੂਰੀ ਹੁੰਦੀ ਨਹੀਂ ਪਰ ਕੁਛ ਕੁਛ ਦੱਸੋਗੇ ਕਿ ਕੀ ਸੀ ਪ੍ਰੋਬਲਮ ਤੁਹਾਡੇ ਕੇਸ 'ਚ ਪ੍ਰੋਬਲਮ ਕੀ ਸੀ ਮਤਲਬ ਕਿਉਂ ਇੱਥੇ ਕਿਉਂ ਲੱਗੇ ਕਿਉਂ ਇਨਫੋਰਮੇਸ਼ਨ ਕਿਸ ਤਰ੍ਹਾਂ ਡਿਲੇ ਹੋ ਗਿਆ ਕੰਮ ਆਪਣੇ ਸਰ ਪਹਿਲਾਂ ਜਦੋਂ ਪਹਿਲੀ ਵਾਰੀ ਅਪਲਾਈ ਕੀਤਾ ਸੀ ਉਦੋਂ ਮੇਰੇ ਅਕਾਊਂਟ 'ਚ ਫੰਡ ਥੋੜ੍ਹੇ ਸੀ ਉਹਦੇ ਕਰਕੇ ਮੇਰੀ ਰਿਫਿਊਜ਼ਲ ਆ ਗਈ ਫਿਰ ਬਾਅਦ 'ਚ ਫੰਡ ਸ਼ੋਅ ਕੀਤੇ ਇਨਕਮ ਦੇ ਲਾਏ ਪਰੂਫ ਲਾਏ ਸਾਰੇ ਹੀ ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ ਕੋਵਿਡ ਕਰਕੇ ਬਾਅਦ 'ਚ ਫਿਰ 2 ਸਾਲ ਮੇਰੀ ਫਾਈਲ ਇੱਦਾਂ ਹੀ ਰਹੀ ਬਾਅਦ 'ਚੋਂ ਪਰ ਉਹਦੇ 2019 ਵਿੱਚ ਹੋਇਆ ਨਾ ਮੈਂ ਅਪਲਾਈ ਕੀਤਾ ਅਤੇ ਮੇਰੇ ਥਰੂ ਵੀ ਇੱਕ ਰਿਫਿਊਜ਼ ਗਿਆ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਵੀ ਸ਼ਾਇਦ 1-2 ਵਾਰ ਰਿਫਿਊਜ਼ ਹੋ ਚੁੱਕੇ ਹੋ ਸ਼ਾਇਦ ਹੋ ਚੁੱਕੇ ਸੀ ਪਹਿਲਾਂ ਨਹੀਂ ਨਹੀਂ ਸਰ ਤੁਹਾਡੇ ਕੋਲ 2 ਵਾਰੀ ਰਿਫਿਊਜ਼ ਹੋਇਆ ਜੀ 2 ਵਾਰ ਰਿਫਿਊਜ਼ ਹੋਇਆ ਇੱਕ ਤਾਂ ਫੰਡਸ ਵਾਲਾ ਅਤੇ ਦੂਸਰਾ ਕਦੋਂ ਰਿਫਿਊਜ਼ ਹੋਇਆ ਦੂਸਰੇ ਵਾਰੀ ਬਾਅਦ 'ਚੋਂ ਡਾਇਰੈਕਟ ਪੈਸੇ ਵਾਲੇ ਦੋ ਵਾਰ ਪਹਿਲੀ ਵਾਰ ਤੇ 2019 ਵਿੱਚ ਸੈਕਿੰਡ ਵਾਰ ਕਦੋਂ ਹੋਏ ਦੋ ਵਾਰ ਪਹਿਲੀ ਵਾਰ ਤੇ 2019 ਵਿੱਚ ਸੈਕਿੰਡ ਵਾਰ ਕਦੋਂ ਹੋਏ ਉੱਨੀ ਚ ਹੀ ਹੋ ਗਿਆ ਦੁਬਾਰਾ ਫਿਰ ਮਹੀਨੇ ਬਾਅਦ ਲਾਤੀ ਫਾਈਲ ਉੱਨੀ ਚ ਹੀ ਹੋ ਗਿਆ ਸੀ ਅੱਛਾ ਦੋ ਵਾਰ ਰਿਫਿਊਜ਼ ਹੋ ਗਿਆ ਉਹਦੇ ਬਾਅਦ ਫਿਰ ਕੋਰਟ ਆ ਗਈ ਤੀਸਰੀ ਵਾਰੀ ਫਿਰ ਮਾਰਚ 2020
ਬਾਕੀ ਇਸ ਤੋਂ ਪਹਿਲਾਂ ਕੈਨੇਡਾ ਤੋਂ ਪਹਿਲਾਂ ਦੋ ਵਾਰ ਤਾਂ ਇਹ ਹੋ ਗਿਆ ਕੈਨੇਡਾ ਦਾ, ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਇੱਕ ਅਮੈਰੀਕਾ ਦਾ ਵੀ ਰਿਫਿਊਜ਼ ਹੈ ਸ਼ਾਇਦ? ਨਹੀਂ ਨਹੀਂ, ਅਮੈਰੀਕਾ ਤੋਂ ਮੇਰੀ ਡੈਪੂਟੇਸ਼ਨ ਲੱਗੀ ਸੀ, ਮੈਂ ਅਮੈਰੀਕਾ ਗਿਆ ਸੀ ਪਹਿਲਾਂ, ਉੱਥੋਂ ਡਿਪੋਰਟ ਹੋ ਗਿਆ ਸੀ। ਅੱਛਾ ਅੱਛਾ, ਉਹ ਅਮੈਰੀਕਾ ਦੀ ਪ੍ਰੋਬਲਮ ਉਹ ਖਤਮ ਹੋ ਗਈ। ਇਸ ਤੋਂ ਇਲਾਵਾ ਫਿਲੀਪੀਨਸ ਤੁਸੀਂ ਜਾ ਚੁੱਕੇ ਇੱਕ ਵਾਰ ਸ਼ਾਇਦ? ਹਾਂਜੀ ਹਾਂਜੀ, ਮੈਰਿਟ ਬਾਹਰ ਗਈ ਦੱਸੀ ਗਿਆ, ਫਿਲੀਪੀਨਸ ਜਾ ਸਕੋ। ਚਲੋ ਕੋਈ ਚੱਕਰ ਨਹੀਂ, ਸਾਰੀ ਸਾਰੀ ਉਹ ਕਹਾਣੀ ਖਤਮ ਹੋ ਰਹੀ ਹੈ ਅੱਜ, ਅਤੇ ਵੀਜ਼ਾ ਤੁਹਾਡਾ ਆ ਚੁੱਕਿਆ ਹੈ, ਅਤੇ ਸਾਰੇ ਸਾਰਿਆਂ ਨੂੰ ਕਾਫੀ ਬੈਸਟ ਵਿਸ਼ਿਜ਼ ਵਧਾਈਆਂ ਸਾਰਿਆਂ ਨੂੰ ਕਿ ਵੀ ਤੁਸੀਂ ਹੁਣ ਕੈਨੇਡਾ ਨੂੰ ਜਾ ਰਹੇ ਹੋ। ਹਰਵਿੰਦਰ ਸਿੰਘ ਨੂੰ ਹੈ ਪਾਸਪੋਰਟ ਰਿਕੁਐਸਟ ਦਿੱਤੀ ਹੋਈ ਹੈ, ਸੋ ਤੁਸੀਂ ਲੈ ਕੇ ਆਪਣਾ ਪਾਸਪੋਰਟ ਪਾਓ। ਮੇਰੇ ਖਿਆਲ ਹੈ ਕਿ ਤੁਸੀਂ ਆਪਣਾ ਸ਼ਨੀਵਾਰ ਨੂੰ ਜਾ ਕੇ ਵਾਕ ਇਨ ਆਪਣੇ ਹੱਥੋਂ ਵੀ ਕਰ ਸਕਦੇ ਹੋ, ਜਾ ਕੇ ਉਹਨਾਂ ਦੇ ਆਫਿਸ ਜਾ ਕੇ ਫਿਜ਼ੀਕਲੀ ਵੀ ਕਰ ਸਕਦੇ ਹੋ, ਅਤੇ ਬਾਕੀ ਕਰ ਸਕਦੇ। ਬਾਕੀ ਹੋਰ ਮੇਰੇ ਲਈ ਕੋਈ ਸਵਾਲ, ਕੋਈ ਚੀਜ਼ ਹੈ ਕੋਈ ਹੋਰ? ਬਾਕੀ ਇੱਕ
ਤੁਹਾਡੇ ਫਾਦਰ ਸਾਹਿਬ ਮੈਨੂੰ ਮਿਲੇ ਸੀ ਦਿੱਲੀ ਆ ਕੇ ਇੱਕ ਵਾਰ 2 ਸਾਲ ਪਹਿਲਾਂ, 2 ਸਾਲ 3 ਸਾਲ ਹੋ ਗਏ ਸ਼ਾਇਦ ਤੁਸੀਂ ਨੂੰ, ਹਾਂਜੀ ਹਾਂਜੀ 18 'ਚ ਮਿਲੇ ਸੀ, ਤੁਸੀਂ ਉੱਥੇ ਮਿਲੇ ਸੀ ਰੈਡੀਸਨ ਬਲੂ ਕਨੌਟ ਪਲੇਸ ਅਤੇ ਦਿੱਲੀ ਮਿਲੇ ਸੀ। ਹਾਂ ਉਹ ਦਿਨ ਹੈ ਅਤੇ ਅੱਜ ਦਾ ਦਿਨ ਹੈ, 3 ਸਾਲ ਬਾਅਦ ਵੀਜ਼ਾ ਆ ਗਿਆ ਅਤੇ ਮੈਨੂੰ ਇਹ ਹਮੇਸ਼ਾ ਲੱਗਦਾ ਸੀ ਕਿ ਵੀ ਜਿਹੜਾ ਇਨਸਾਨ ਮੈਨੂੰ ਫਿਜ਼ੀਕਲੀ ਮਿਲਦਾ ਹੈ ਕਿ ਆ ਕੇ ਉਹ ਕਹਿੰਦਾ ਕਿ ਵੀ ਭਾਅ ਜੀ ਘਰੋਂ ਇਹਦਾ ਕੁਛ ਹੋ ਜਾਏ ਹੋ ਜਾਏ, ਇੱਕ ਸਿਰ 'ਤੇ ਮੇਰੇ ਕਰਜ਼ਾ ਹੁੰਦਾ ਹੈ ਕਿ ਵੀ ਉਹਨਾਂ ਦਾ ਕੰਮ ਹੋਣਾ ਚਾਹੀਦਾ, ਭਾਵੇਂ ਕਿਸੇ ਤਰੀਕੇ ਨਾਲ ਹੋ ਜਾਏ, ਕੰਮ ਉਹਨਾਂ ਦਾ ਹੋਣਾ ਜ਼ਰੂਰੀ ਹੈ। ਸੋ ਅੱਜ ਪਰਮਾਤਮਾ ਨੇ ਉਹ ਕਰਜ਼ਾ ਵੀ ਲਾਤਾ ਅਤੇ ਅੱਜ ਵੀਜ਼ਾ ਤੁਹਾਡਾ ਲੱਗਿਆ ਹੈ, ਤੁਸੀਂ ਆਪਣੇ ਬੜੀ ਖੁਸ਼ੀ ਹੋਏਗੀ, ਤੁਸੀਂ ਆਪਣੇ ਬੇਟੇ ਨੂੰ ਏਅਰਪੋਰਟ ਛੱਡਣ ਜਾਓਗੇ, ਉਹ ਬੇਟਾ ਜਾਏਗਾ ਉੱਥੇ ਤਰੱਕੀਆਂ ਕਰੇਗਾ, ਜਾ ਕੇ ਇਹਨਾਂ ਦੀ ਫੈਮਿਲੀ ਲਾਈਫ ਸ਼ੁਰੂ ਹੋਗੀ, ਫਿਰ ਮਤਲਬ ਬੜੀ ਸੈਟਿਸਫੈਕਸ਼ਨ ਹੁੰਦੀ ਹੈ ਕਿ ਬੱਚਾ ਸੁਨ ਸੈੱਟ ਹੋ ਗਿਆ। ਹਾਂਜੀ ਹਾਂਜੀ, ਚਲੋ ਥੈਂਕ ਯੂ ਵੈਰੀ ਮੱਚ, ਹੋਰ ਕੋਈ ਸਵਾਲ? ਥੈਂਕ ਯੂ ਬਹੁਤ, ਕੋਈ ਅਗਰ ਕੋਈ ਥੈਂਕ ਯੂ ਸਾਰਿਆਂ ਨੂੰ, ਥੈਂਕ ਯੂ ਵੈਰੀ ਮੱਚ ਕਿ ਤੁਸੀਂ ਕੌਨਫੀਡੈਂਸ ਸ਼ੋਅ ਕੀਤਾ। ਮੈਨੂੰ ਪਤਾ ਹੈ ਕਿ ਵੀ ਹਰਪ੍ਰੀਤ ਵੀ ਕਾਫੀ ਵਾਰ ਫਰਸਟ੍ਰੇਟ ਹੋ ਗਈ ਸੀ, ਕਾਫੀ ਵਾਰ ਉਹ ਸਵਾਲ ਪੁੱਛਦੀ ਸੀ, ਕਈ ਲੋਕਾਂ ਨੂੰ ਕਾਲ ਕਰਦੀ ਹੈ, ਅਪਡੇਟ ਕਰਦੀ ਹੈ ਵਗੈਰਾ ਵਗੈਰਾ, ਅਤੇ ਫਿਰ ਉਹ ਕੋਵਿਡ ਕਰਕੇ ਅਤੇ ਸਾਰਾ ਸਾਰਾ ਕੰਮ ਠੱਪ ਸੀ ਪਹਿਲਾਂ, ਅਤੇ ਹੁਣ ਐਵਰੀਥਿੰਗ ਇਜ਼ ਕਲੀਅਰ, ਅਤੇ ਜਾਓ ਫਿਰ ਕੈਨੇਡਾ, ਉੱਥੇ ਕੈਨੇਡਾ ਹੀ ਮੀਟਿੰਗ ਹੋਏਗੀ ਤੁਹਾਡੇ ਨਾਲ ਫਿਰ। ਫਿਰ ਠੀਕ ਹੈ, ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਓਕੇ, ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।